1965 ਦੀ ਹੋਈ ਹਿੰਦ ਪਾਕ ਜੰਗ ਦੇ ਮਹਾਨਾਇਕ ਰਹੇ ਅਬਦੁਲ ਹਾਮਿਦ ਨੂੰ ਅੱਜ ਉਹਨਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ ਗਿਆ। ਇਸ ਸੰਬੰਧੀ ਸਮਾਗਮ ਉਹਨਾਂ ਦੇ ਸ਼ਹੀਦੀ ਸਥਾਨ 'ਤੇ ਬਣਾਏ ਗਏ ਸਮਾਰਕ 'ਤੇ ਕੀਤਾ ਗਿਆ, ਜੋ ਕਿ ਪਿੰਡ ਆਸਲ ਉਤਾੜ ਖੇਮਕਰਨ ਜ਼ਿਲ੍ਹਾ ਤਰਨ ਤਾਰਨ ਵਿੱਚ ਹੈ। ਅੱਜ ਕਰਵਾਏ ਗਏ ਵਿਸ਼ੇਸ਼ ਸਮਾਗਮ ਦੇ ਵਿੱਚ ਦੀਪਕ ਖਨੌਜੀਆ ਜਨਰਲ ਸੈਕਟਰੀ, ਪੰਜਾਬ ਪ੍ਰਦੇਸ਼ ਕਾਂਗਰਸ, ਨਰਿੰਦਰ ਧਵਨ ਜਨਰਲ ਸੈਕਟਰੀ ਵਿਚਾਰਧਾਰਾ ਸੰਗਠਨ ਆਦਿ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਹਨਾਂ ਦੀ ਦਰਗਾਹ 'ਤੇ ਚਾਦਰ ਵੀ ਚੜ੍ਹਾਈ ਗਈ। ਅਬਦੁਲ ਹਾਮਿਦ ਜਿਨ੍ਹਾਂ ਵੱਲੋਂ ਜੰਗ ਦੌਰਾਨ ਪਾਕਿਸਤਾਨ ਵੱਲੋਂ ਵਰਤੇ ਗਏ ਪੈਟਨ ਟੈਂਕ ਜਿਸ ਨੂੰ ਕਿ ਪਾਕਿਸਤਾਨ ਆਪਣੀ ਬਹੁਤ ਵੱਡੀ ਸ਼ਕਤੀ ਸਮਝਦਾ ਸੀ, ਨਾਲ ਯੁੱਧ ਕੀਤਾ। 1 ਜੁਲਾਈ 1933 ਨੂੰ ਇਸ ਮਹਾਨ ਸਪੂਤ ਦਾ ਜਨਮ ਹੋਇਆ। ਇਸ ਮਹਾਨ ਸਪੂਤ ਨੇ ਇੰਡੀਅਨ ਆਰਮੀ ਜੁਆਇਨ ਕਰਕੇ ਦੇਸ਼ ਲਈ ਕੁਰਬਾਨੀ ਕਰਦੇ ਹੋਏ ਆਪਣੀ ਸ਼ਹੀਦੀ ਦੇ ਕੇ ਇਤਿਹਾਸ ਦੇ ਵਿੱਚ ਆਪਣਾ ਇੱਕ ਨਾਂ ਰਚਿਆ ਹੈ। ਅਸੀਂ ਅੱਜ ਇਹਨਾਂ ਦੇ ਜਨਮ ਦਿਵਸ 'ਤੇ ਇਹਨਾਂ ਨੂੰ ਸ਼ਰਧਾਂਜਲੀ ਔਰ ਆਪਣੇ ਰਿਸਪੈਕਟਸ ਆਪਣਾ ਦੇਣ ਵਾਸਤੇ ਆਏ ਹਾਂ। ਇਹ ਸਾਡੇ ਦੇਸ਼ ਦੇ ਹੀਰੋ ਨੇ ਜਿਨ੍ਹਾਂ ਆਜ਼ਾਦੀ ਤੋਂ ਬਾਅਦ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅੰਗ ਗਵਾ ਕੇ ਵੀ ਦੁਸ਼ਮਣ ਨੂੰ ਉਹਨਾਂ ਦੇ 7 ਪੈਟਨ ਟੈਂਕ ਇਹਨਾਂ ਨੇ ਤਬਾਹ ਕੀਤੇ ਔਰ ਇਹ ਧਰਤੀ ਪਾਕਿਸਤਾਨ ਦੇ ਪੈਟਨ ਟੈਂਕ ਜਿਹੜੇ ਸੀ ਅਮਰੀਕਾ ਵੱਲੋਂ ਦਿੱਤੇ ਗਏ ਉਹਨਾਂ ਨੂੰ, ਇਹ ਉਹਦਾ ਕਬਰਸਤਾਨ ਕਹਾਉਂਦੀ ਹੈ। ਇਸ ਅੱਜ ਸ਼ਹੀਦ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਔਰ ਇਹਦੀ ਕੁਰਬਾਨੀ ਇੱਕ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਬਹੁਤ ਵੱਡੀ ਸਿੱਖਿਆ ਅਤੇ ਸਬਕ ਹੈ ਕਿ ਦੇਸ਼ ਤਾਂ ਹੀ ਕਾਇਮ ਹੈ ਜੇ ਇਹੋ ਜਿਹੇ ਸਪੂਤ ਸਾਡੀ ਧਰਤੀ 'ਤੇ ਜਿੰਦੇ ਹਨ। ਅਸੀਂ ਇਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਸਾਰਿਆਂ ਨੂੰ ਅੱਗੇ ਅਪੀਲ ਕਰਦੇ ਹਾਂ, ਨੌਜਵਾਨਾਂ ਨੂੰ ਅਪੀਲ ਕਰਦੇ ਹਾਂ, ਇਹ ਧਰਤੀ ਜਿਹੜੀ ਅੱਜ ਇੱਕ ਨਸ਼ਿਆਂ ਦਾ ਸਰੋਵਰ ਬਣੀ ਪਈ ਹੈ, ਇਸ ਧਰਤੀ 'ਤੇ ਇੱਕ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਆਓ ਰਲ ਮਿਲ ਕੇ ਪ੍ਰਣ ਲਈਏ ਔਰ ਨੌਜਵਾਨ ਪੀੜ੍ਹੀ ਨੂੰ ਇੱਕ ਸੰਦੇਸ਼ ਭੇਜੀਏ ਕਿ ਇਹ ਸ਼ਹੀਦ ਵੱਲ ਵੇਖ ਕੇ ਤੁਸੀਂ ਇੱਕ ਜ਼ਿੰਦਗੀ ਦੇ ਵਿੱਚ ਨਵੀਂ ਰਾਹ ਚੁਣੋ ਅਤੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰੋ ਔਰ ਆਪਣੇ ਮਾਰਗ ਆਪ ਖੁਦ ਚੁਣੋ। ਇਹ ਨਹੀਂ ਖਾਲੀ ਦੇਸ਼ ਦੀ ਅੰਦਰੂਨੀ ਹਾਲਾਤ ਨੂੰ ਵੀ ਠੀਕ ਕਰਨ ਵਾਸਤੇ ਤੁਹਾਡੀ ਲੋੜ ਹੈ। ਮੇਰੀ ਨੌਜਵਾਨਾਂ ਅੱਗੇ ਅਪੀਲ ਹੈ, ਅੱਜ ਇਸ ਪਵਿੱਤਰ ਸਥਾਨ 'ਤੇ ਖੜ੍ਹੇ ਹੋ ਕੇ ਮੈਂ ਫਿਰ ਇੱਕ ਵਾਰੀ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਦਿੱਤੇ ਹੋਏ ਮਾਰਗ ਦਰਸ਼ਨ 'ਤੇ ਚੱਲਣ ਦਾ ਇੱਕ ਪ੍ਰਣ ਲਈਏ। ਜੈ ਹਿੰਦ। ਭਿੱਖੀ ਪਿੰਡ ਤੋਂ ਆਜ਼ਾਦ ਟੀਵੀ ਨਿਊਜ਼ ਦੇ ਲਈ ਭੁਪਿੰਦਰ ਸਿੰਘ ਦੀ ਰਿਪੋਰਟ।